ਤੇ ਮੌਤ ਦੀ ਸਜ਼ਾ ਵੀ ਕਿਹੜੀ ਜਦੋਂ ਦੋਨਾਂ ਪਿਓ ਪੁੱਤਰਾਂ ਨੂੰ ਚਾਰ ਜਗ੍ਹਾ ਤੇ ਚੜਾਇਆ ਜਾਵੇ। ਬਖਸ਼ਿਆ ਕਦੋਂ ਜਾਵੇਗਾ ਜਦੋਂ ਇਹ ਮੁਸਲਮਾਨ ਬਣ ਜਾਵੇ ਤੇ ਇਹਨਾਂ ਦੀ ਜਾਨ ਬਖਸ਼ੀ ਜਾਏਗੀ, ਨਹੀਂ ਤੇ ਦੋਨਾਂ ਨੂੰ ਚਰਖੜੀ ਤੇ ਚੜਾਇਆ ਜਾਵੇਗਾ। ਕਿ ਮੇਰੇ ਪੁੱਤਰ ਨਾਲ ਮੈਨੂੰ ਮਿਲਾ ਦਿਓ, ਇੱਕ ਵਾਰ ਮੈਨੂੰ ਮਿਲਾ ਦਿਓ, ਜੇ ਉਹ ਮੰਨ ਗਿਆ ਤੇ ਮੈਂ ਵੀ ਮੰਨ ਜਾਵਾਂਗਾ। ਤੇ ਸਿੱਖ ਨੇ ਇੱਕ ਚਲਾਕੀ ਕੀਤੀ, ਜਦੋਂ ਸੁਵੇਗ ਸਿੰਘ ਨੂੰ ਸਾਬਾ ਸਿੰਘ ਦੇ ਸਾਹਮਣੇ ਲਿਆਂਦਾ ਨਾ, ਸੁਵੇਗ ਸਿੰਘ ਨੇ ਜਪਜੀ ਦਾ ਪਾਠ ਪੜ੍ਹ ਕੇ ਆਪਣੇ ਪੁੱਤਰ ਦੇ ਮੱਥੇ ਤੇ ਹੱਥ ਫੇਰਿਆ ਤੇ ਕਹਿੰਦੇ ਸੁਵੇਗ ਸਾਬਾ ਸਿੰਘ ਉੱਥੇ ਹੀ ਜਕਾਰੇ ਲਗਾਉਣ ਲੱਗ ਗਿਆ। ਰਾਜ ਹੈ ਮਨੁੱਖ ਦਾ ਜੀਵਨ, ਭਈ ਪ੍ਰਾਪਤ ਮਾਨੁੱਖ ਦੇਵ ਗਿਆ, ਗੋਬਿੰਦ ਮਿਲਣ ਕੀ ਇਹ ਤੇਰੀ ਬਣਿਆ। ਗੁਰੂ ਕਿਵੇਂ ਖੁਸ਼ ਹੁੰਦਾ ਹੈ, ਗੁਰੂ ਦੀ ਰਹਿਮਤ ਕਿਵੇਂ ਮਿਲਦੀ ਹੈ। ਦਰਸ਼ਨ ਕਰਨੇ ਹੋਏ ਤੇ ਕਿਵੇਂ ਕਰਾਂਗੇ, ਤੁਸੀਂ ਸੰਸਾਰ ਤੋਂ ਜਾ ਰਹੇ ਹੋ। ਤੇ ਭਾਈ ਦਇਆ ਸਿੰਘ ਨੂੰ ਮੁਖਾਤਬ ਹੋ ਕੇ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਭਾਈ ਦਇਆ ਸਿੰਘ ਅੰਮ੍ਰਿਤ ਵੇਲੇ ਉੱਠਣਾ, ਇਹ ਮੇਰੇ ਦਰਸ਼ਨ ਤੁਹਾਨੂੰ ਹੋਣਗੇ ਕਿਉਂਕਿ ਖਾਲਸਾ ਮੇਰੋ ਤੇ ਹਰ ਸਿੱਖ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਸਕਦਾ ਹੈ ਜੇ ਗੁਰੂ ਦੀ ਗੱਲ ਮੰਨਦਾ ਤੇ ਗੁਰੂ ਦੇ ਕਹੇ ਨੂੰ ਕੁਮਾਰ। ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ, ਕਰੋ ਨਿਵਾਸ ਖਾਲਸਾ ਮੇਰੋ ਮੁਖ ਹੈ ਅੱਲਾ ਖਾਲਸੇ ਕੇ ਹਾਂ ਸਭ ਸਤਸੰਗਾਂ। ਮੈਂ ਆਪਣੇ ਖਾਲਸੇ ਦਾ ਸਦਾ ਸੰਗ ਹਾਂ, ਪਰ ਕਦੋਂ ਗੁਰੂ ਜੀ ਸਿੰਘ ਸਮਾਪਤੀ ਕਰਦੇ ਹਾਂ ਕਿਉਂਕਿ ਆਪਾਂ ਆਓ ਖੰਡੇ ਜੀ ਪਾਉਂਦੇ ਧਾਰਮੀ ਬਣੀਏ, ਗੁਰੂ ਪਾਤਸ਼ਾਹ ਦੇ ਆਖੇਕਾਰ ਬਣੀਏ, ਕਿਉਂਕਿ ਮੇਰਾ ਪੁਰਾ ਵੀ ਇਹ ਕਿ ਦੁਨੀਆ ਮਨਾ ਲਿਆ, ਸੋਹਣੇ ਸੋਹਣੇ ਪਦਾਰਥ ਸਕਦੇ, ਅਗਲੇ ਸਾਲ ਫਿਰ ਉਹ ਜਿਹੇ ਉਹ ਆ ਗਏ, ਅਗਲੇ ਸਾਲ ਫਿਰ ਉਹ ਜਿਹੇ ਆ ਗਏ, ਪਰ ਆਓ ਆਪਾਂ ਗੁਰੂ ਕਹਿਆ ਸਾਕਾਰ ਕਮਾਓ। ਗੁਰੂ ਨੇ ਜੋ ਕਿਹਾ ਹੈ ਉਹ ਆਪਾਂ ਉਸ ਰਾਹ ਤੇ ਚੱਲਣਾ ਹੈ, ਉਸ ਮਾਰਗ ਤੇ ਚੱਲਣਾ ਹੈ, ਕਦੇ ਇਹ ਮਨੁੱਖਾ ਜਨਮ ਸਫਲ ਹੋਵੇਗਾ। ਇਨਹੀ ਕੀ ਕਿਰਪਾ ਕੇ ਸੱਜੇ ਹਾਂ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ। ਤੇ ਗੁਰੂ ਕੀ ਸੰਗਤ ਬੇਨਤੀ ਹੈ ਕਿ ਜਿਵੇਂ ਇਹ ਸਮਾਗਮ ਆਪ ਮਨਾਉਂਦੇ ਹੋ, ਹਰ ਸਿੱਖ ਜਿਹੋ ਜਿਹੇ ਸਰੂਪ ਰੂਪ ਦੇ ਵਿੱਚ ਵੀ ਹੈ ਉਹ ਅੱਜ ਤੋਂ ਹੀ ਇਹ ਗੁਰੂ ਪਾਤਸ਼ਾਹ ਦੇ ਨਾਲ ਵਾਅਦਾ ਕਰੇ, ਆਪਣੀ ਆਤਮਾ ਆਪਣੇ ਅੰਦਰ ਦੇ ਨਾਲ ਵਾਅਦਾ ਕਰੇ ਕਿ ਮੈਂ ਬਾਣੀ ਦੇ ਨਾਲ ਜੋੜਨਾ ਹੈ। ਜਿਹੋ ਜਿਹਾ ਵੀ ਸਰੂਪ ਹੈ ਕਿਉਂਕਿ ਬਾਣੀ ਨੇ ਧੁਰ ਕੀ ਬਾਣੀ ਨੇ ਧੁਰ ਦੇ ਨਾਲ ਜੋੜ ਦੇਣਾ ਹੈ। ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨਾ ਕੋਟ। ਇਹ ਬਾਣੀ ਤਾਂ ਨਿਰੰਕਾਰ ਦੀ ਹੈ, ਨਿਰੰਕਾਰ ਦੇ ਦੇਸ਼ ਤੋਂ ਆਈ ਹੈ, ਨਿਰੰਕਾਰ ਦੇ ਦੇਸ਼ ਦੇ ਨਾਲ ਜੋੜ ਦੇਣਾ ਹੈ ਤੁਹਾਨੂੰ।
ਬਾਣੀ ਦੇ ਅੰਦਰੋਂ ਸ਼ਕਤੀ ਸਮਰੱਥਾ ਦੇਣੀ ਹੈ ਜਿਹੜੇ ਸਾਡੇ ਛੋਟੇ ਮੋਟੇ ਸਵਾਲ ਨੇ ਆਪਣੇ ਆਪ ਨਿਕਲ ਜਾਣੇ ਨੇ ਆਪਣੇ ਆਪ ਹਿੰਮਤ ਮਿਲੇਗੀ ਉਦੋਂ ਮਿਲੇਗਾ ਗੁਰੂ ਦੀ ਸੰਗਤ ਇਸ ਬਾਣੀ ਤੋਂ ਕਿਉਂਕਿ ਸਤਿਗੁਰੂ ਦੀ ਜਿਹੜੀ ਬਾਣੀ ਹੈ ਨਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਪਤਿਤ ਉਦਾਹਰਨ ਸਤਿਗੁਰ ਮੇਰਾ ਮੋਹੇ ਤਿਸ ਕਾ ਪਰਵਾਸਾ ਜੋ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਕਸ਼ਟ ਸੁੱਖ ਜਾਂਦੇ ਨੇ ਦੁੱਖ ਸੁੱਕ ਜਾਂਦੇ ਨੇ ਤਕਲੀਫਾਂ ਸੁੱਕ ਜਾਂਦੀਆਂ ਨੇ ਤੇ ਜੀਵਨ ਹਰਿਆ ਭਰਿਆ ਹੋ ਜਾਂਦਾ ਹੈ ਕਦੋਂ ਜਦੋਂ ਬਾਣੀ ਦੇ ਕਿਉਂਕਿ ਪੌਦੇ ਨੂੰ ਪਾਣੀ ਨਾ ਮਿਲੇ ਤੇ ਸੁੱਕ ਜਾਂਦਾ ਹੈ ਸਿੱਖ ਨੂੰ ਪਾਣੀ ਨਾ ਮਿਲੇ ਤੇ ਸੁੱਕ ਜਾਂਦਾ ਹੈ ਪਾਣੀ ਅਤੇ ਬਾਣੀ ਦੀ ਬੜੀ ਵੱਡੀ ਖੇਡ ਹੈ ਗੁਰੂ ਦੀ ਸੰਗਤ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੁਰਦਾਈ ਦਾ ਖੇਲੇ ਸਰਬ ਜਗਤ ਚੰਗੇ ਆਈਆਂ ਬੁਰੇ ਆਈਆਂ ਬਾਚੈ ਧਰਮ ਹਜ਼ੂਰ ਕਰਮੀ ਆਪੋ ਆਪਣੀ ਹੁਣ ਕਰਮ ਜੇ ਤੇ ਅੰਮ੍ਰਿਤ ਵੇਲੇ ਉੱਠ ਕੇ ਕਰਦੇ ਹੋ ਠੀਕ ਹੈ ਤਾਂ ਨੇੜੇ ਹੈ ਕਰਮੀ ਆਪੋ ਆਪਣੀ ਕੇ ਨੇੜੇ ਹੁਣ ਕਰਮ ਦੇ ਉੱਤੇ ਨਿਰਭਰ ਹੈ ਕਿ ਅੰਮ੍ਰਿਤ ਵੇਲੇ ਸਿੱਖਾ ਉੱਠ ਕੇ ਜੁੜਦਾ ਹੈ ਜੇ ਤੇ ਅੰਮ੍ਰਿਤ ਵੇਲੇ ਉੱਠ ਕੇ ਜੁੜਦਾ ਹੈ ਫਰੀਦਾ ਪਹਿਲੇ ਪਿਛਲੇ ਰਾਤ ਨਾ ਜਾਗਿਓ ਜੀਵਦੜਾ ਜੈ ਜੈ ਤਾਂ ਰੱਬ ਵਸਾਰਿਓ ਰੱਬ ਨਾ ਵਿਸਰੋ ਫਰੀਦ ਕਬੀਰ ਸੁਰਤਾ ਕਿਆ ਕਰੇ ਬੈਠਾ ਰਹਿ ਅਰ ਜਾਗ ਜਾ ਕੇ ਸੰਗਤੇ ਵਿਛੜਾ ਤਾਂ ਹੀ ਕੇ ਸੰਗਤ ਜੀ ਤੋਂ ਵਿਛੜਿਆ ਹੈ ਉੱਠ ਕੇ ਮੇਰਾ ਪਹਿਲੇ ਪਹਿਰੇ ਫੁੱਲੜਾ ਪਲ ਪੇਰ ਪਛਾਰਾ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਜਿਹੜੇ ਜਾਗਦੇ ਨੇ ਨਾ ਉਹ ਸਿੱਧੇ ਮਾਲਕ ਦੇ ਕੋਲੋਂ ਪਰਮੇਸ਼ਰ ਦੇ ਕੋਲੋਂ ਸਿੱਧੀਆਂ ਡਾਇਰੈਕਟ ਦਾਤਾਂ ਲੈਂਦੇ ਨੇ ਕਿਹੜੇ ਜਦੋਂ ਅੰਮ੍ਰਿਤ ਵੇਲੇ ਉੱਠਦੇ ਨੇ ਅੰਮ੍ਰਿਤ ਵੇਲਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਤੇ ਗੁਰੂ ਕੀ ਸੰਗਤ ਅੰਮ੍ਰਿਤ ਵੇਲੇ ਦਾ ਬੜਾ ਵੱਡਾ ਮਹਾਤਮ ਹੈ ਬੜਾ ਵੱਡਾ ਫਲ ਹੈ ਅੱਜ ਤੋਂ ਆਪਣੇ ਆਪ ਨਾਲ ਵਾਅਦਾ ਕਰਕੇ ਜਾਣਾ ਕਿ ਹਰ ਸਿੱਖ ਨੇ ਹਰ ਗੁਰੂ ਨਾਨਕ ਨਾਮ ਲੇਵਾ ਨੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦੇ ਨਾਲ ਜੁੜਨਾ ਹੈ ਗੁਰੂ ਕਿਆ ਸਿੰਘਾ ਕਬੀਰ ਸਾਹਿਬ ਨੂੰ ਸਵਾਲ ਕੀਤਾ ਕਬੀਰ ਸਾਹਿਬ ਬੜੇ ਰੁਝੇਵੇਂ ਨੇ ਕਿਵੇਂ ਨਾਮ ਜਪੀਏ ਕਬੀਰ ਏਕ ਘਰੀ ਆਦੀ ਘਰੀ ਆਦੀ ਹੁਫਨ ਆਦ ਭਗਤਨ ਸੇਤੀ ਗੋਸ਼ਟ ਹੈ ਜੋ ਕੀਨੇ ਸੋ ਲਾਭ ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ ਤੇ ਕਬੀਰ ਸਾਹਿਬ ਕਹਿੰਦੇ 24 ਮਿੰਟ 24 ਨੇ ਤੇ 12 ਨੇ ਤੇ 6 ਨੇ 3 ਮਿੰਟ ਤੇ ਕੱਢਦਾ ਹੈ ਉਹ 3 ਨੇ 6 ਤੇ ਚਲੇ ਜਾਣਾ 6 ਨੇ 12 ਨੇ 12 ਨੇ 24 ਤੇ 24 ਤੋਂ ਫਿਰ 24 ਘੰਟਿਆਂ ਤੇ ਵੀ ਪਹੁੰਚ ਜਾਵੇਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ
Khalsa, Vaheguru Ji Ki Fateh.
Baisakhi is New Year's Day in Punjab. The day is also a harvest festival. It marks the maturing of the winter crop. The day is observed as the Thanksgiving by the farmers, whereby the farmers pay their tributes, thanking God for the abundant harvest and also praying for the future prosperity. Typically, Baisakhi is celebrated every year on the 13th of April, with the festival date falling on the 14th of April, once every 36 years. On this auspicious day, traditionally, the Sikhs pay a visit to the Gurdwara and pay their respects. Religious discourses and kirtans are held at the Gurdwaras, and Gada Prasad is distributed. The festival bears a great significance for the Sikhs, as on this day in the year 1699, the 10th Guru of the Sikhs, Guru Gobind Singh Ji, laid down the foundation of the Panth Khalsa, that is the order of the pure ones. One day, a group of Sikh pilgrims arrived in Anandpur. The leader of one group, on seeing the Guru, made this request. Only yesterday, as we were on our way to you, a party of Mughal soldiers stopped us and robbed us. They took some of our party and cut their hair, and when we resisted, some of our friends were killed.
Where can we look for assistance? The Guru listened to the Sikhs and calmly replied, "Wait and pray to God. Very soon you will find guardians for the people everywhere." The birth of Khalsa. On Guru's call, thousands of Sikhs assembled at Anandpur to celebrate the festival. He asked the gathering, with a naked sword in his hand, "Is there anyone among you who is prepared to die for the Sikh faith?" There was a deadly silence all around. Then the Guru flashed his sword again, raised his voice, and repeated, "My Sikhs, I want a head and nothing less than a head. If anyone among you claims to be a true Sikh, then come forward and prove it." A Sikh from Lahore named Dayal Ram stood up. He folded his hands, bent his head low, and said, "O Lord, you can have my humble head." Guru led him into the tent. A thud was heard, and a stream of blood flowed out from the tent. At once, the Guru came out, holding a sword, dripping with fresh blood, and once again he shouted, "Is there any other true Sikh of mine who will willingly offer his head?" As he was repeating his call, another Sikh began to move forward. His name was Dham Das, and he was from Delhi. He folded his hands before the Guru and said, "O my true Guru, take my head, I have full faith in you." And so Guru Gobind Singh Ji repeated his calls while the scared gathering believed they had died. Mukham Chand of Dwarka stood up at the third call, Sahib Chand of Bihar the fourth. At the fifth call, Himmat Rai of Jagannath offered himself. Everybody was alarmed when suddenly Guru Gobind Singh Ji came out of this tent, followed by the five Sikhs. They were all dressed in saffron uniforms like the Guru himself and carried swords. The Guru seated them on the platform. When the gathering saw them alive, they all cheered, shouting Sat Sri Akal. The Guru spoke to the Sikhs, "My brothers, I have made you the same as I am. There is no difference between you and me. You have passed my toughest test with honor. You are my five beloved ones." Then he turned to the crowd and spoke, "In the time of Guru Nanak, it was Lena alone who passed the Guru's test. Now 200 years later, five followers have passed the test. I think the five Sikhs are strong enough to support the edifice that Guru Nanak planned. I am creating the Khalsa, an army of saint soldiers, which will spread through the country and abroad to proclaim Guru Nanak's message of peace and brotherhood. Through the Khalsa, I shall work to bring about an age of peace in which all virtuous people will be exalted and the evildoers will be destroyed. Hail to the Khalsa Panth." The Guru then introduced his Sikhs to a new kind of initiation ceremony called the Amrit. He put pure water into an iron bowl. He stirred the water with a kanda while the five Sikhs recited the live sacred verses. Mata Sahib Kaur Ji participated in the seva of the Amrit Sanjar by adding patase to the Amrit and was bestowed the honor of eternal motherhood of Khalsa Panth. Thus the Amrit was ready and the Guru asked the five to repeat Vaiguru Ji Ka Khalsa, Vaiguru Ji Ki Fateh, while he took the Amrit in the palms of his hands and baptized each one of them with it and gave them a new name, Singh. Then he himself was baptized by the five and called himself Gobind Singh. This is Takht Sri Keshgarh Sahib, the birthplace of Khalsa. For Hindus, it is the start of the new year and is celebrated with requisite bathing, partying, and worshiping. It's believed that thousands of years ago, Goddess Ganga descended to earth, and in her honor, many Hindus gather along the sacred Ganga River for ritual baths. In Kerala, the festival is called Vishu. It includes fireworks, shopping for new clothes, and an interesting display is called Vishu Khan. These are arrangements of flowers, grains, fruits, clothes, gold, and money are viewed early in the morning to ensure a year of prosperity. In Assam, the festival is called Boham Bihu.
The community organizes massive feasts, music, and dancing. Incidentally, Swami Dayanand Saraswati also founded the Arya Samaj on the Vaisakhi of 1875. Across India, the Buddhist community too celebrate this day called Vaisakha, which marks the date as the birth, death, and enlightenment of Lord Buddha. Vaheguru Ji Ka Khalsa, Vaheguru Ji Ki Fateh. Bole Suniya. Thank you.
ਬੱਚਿਆਂ ਵੱਲੋਂ ਗੁਰ ਮੰਤਰ ਦੇ ਪਾਠ ਗੁਰ ਇਤਿਹਾਸ ਦੀ ਵਿਚਾਰ
ਦਤਾਰ ਪਾਸ਼ਾ ਰਹਿਮਤ ਬਖਸ਼ਿਸ਼ ਕਰਨੀ ਸਰਬ ਦੀਆਂ ਸੇਵਾਵਾਂ ਭੇਟਾਵਾਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਰਬ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਦਿਆਂ ਸਭਨਾਂ ਦੇ ਸ਼ੁਭ ਮਨੋਕਾਮਨਾਵਾਂ ਮਨੋਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਦਤਾਰ ਪਾਸ਼ਾ ਦਰ ਕਰਦੇ ਪ੍ਰੀਤਵਾਨ ਆਰਾਧਨਾ ਰਾਣਾ ਜੀ ਨੂੰ ਡਾਕਟਰੇਟ ਦੇ ਵਿੱਚ ਦਾਖਲਾ ਮਿਲਿਆ ਹੈ ਡੈਲਸ ਮੋਹਰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਤੇ ਇਹਨਾਂ ਦੇ ਸਪੁੱਤਰ ਯੁਵਰਾਜ ਰਾਣਾ ਨੂੰ ਡੈਲਸ ਡੈਲ ਐਕਸੀਲੈਂਟ ਅਵਾਰਡ ਮਿਲਿਆ ਹੈ ਦਤਾਰ ਪਾਸ਼ਾ ਰਹਿਮਤ ਬਖਸ਼ਿਸ਼ ਕਰਨੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ ਦਰ ਕਰਦੇ ਪ੍ਰੀਤਵਾਨ ਸੇਵਾਦਾਰ ਪ੍ਰਵਾਸ ਸਰਦਾਰ ਹਰਜੀਤ ਸਿੰਘ ਰਾਖੜਾ ਬੀਬੀ ਰਮਿੰਦਰ ਕੌਰ ਰਾਖੜਾ ਆਪਣੇ ਸਪੁੱਤਰ ਕਾਕਾ ਤਵਿਸ਼ ਸਿੰਘ ਰਾਖੜਾ ਦਾ ਜਨਮ ਦਿਨ ਮਨਾਉਂਦਿਆਂ ਹੋਇਆਂ ਦਤਾਰ ਪਾਸ਼ਾ ਦਾ ਸ਼ੁਕਰਾਨਾ ਕਰਦੇ ਹਨ ਆਪ ਦਾ ਪਾਵਨ ਬਿਰਦ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਬੱਚੇ ਨੂੰ ਵੱਡੀਆਂ ਉਮਰਾਂ ਗੁਰਸਿੱਖੀ ਜੀਵਨ ਵਿੱਦਿਆ ਦਾ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਮੂਹ ਓਕਲ ਹੋਮਾ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀਆਂ ਦਾਤਾ ਕਮਾਈਆਂ ਵਿੱਚ ਵਰਤਦਾ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਬੱਚਿਆਂ ਨੂੰ ਵੱਡੀਆਂ ਉਮਰਾਂ ਮਾਤਾ ਪਿਤਾ ਦੇ ਆਗਿਆ ਕਰ ਦਿੱਤੀਆਂ ਦਾਤ ਗੁਰਸਿੱਖੀ ਜੀਵਨ ਗੁਰੂ ਘਰ ਦੇ ਨਿਤਨੇਮੀ ਪ੍ਰੇਮ ਦਤਾਰ ਪਾਤਸ਼ਾਹ ਸੇਵਾਦਾਰਾਂ ਪਰਿਵਾਰਾਂ ਵੱਲੋਂ ਆਪ ਸੁੰਦਰ ਰੁਮਾਲੇ ਪਛਾਕੇ ਅਰਪਣ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਪਰਦੇ ਲੋਕ ਪ੍ਰਲੋਕ ਵਿੱਚ ਕੱਜਣੇ ਬੇਅੰਤ ਮਾਇਆ ਖਜ਼ਾਨੇ ਭਰਪੂਰ ਕਰਨੇ ਚੜ੍ਹਦਿਆਂ ਕਲਾ ਬਖਸ਼ਿਸ਼ ਕਰਨੀਆਂ ਜੀ ਸਮੂਹ ਸੰਗਤਾਂ ਵੱਲੋਂ ਵਿਸਾਖੀ ਦਾ ਦਿਹਾੜਾ ਮਨਾਉਂਦੇ ਹਨ ਪਾਵਨ ਹਜ਼ੂਰੀ ਵਿੱਚ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਠਾਏ ਕਰੀ ਪਾਕ ਸਰ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਭੋਗ ਲਾਭ ਭੋਗ ਲੱਗਿਆ ਸੀ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਦਤਾਰ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਨੀ ਗੁਰ ਅਸਥਾਨ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਮੂਹ ਸੇਵਾਦਾਰਾਂ ਸਮੂਹ ਸੰਗਤਾਂ ਨੂੰ ਇਸੇ ਪ੍ਰਕਾਰ ਉਦਮ ਉਪਰਾਲਾ ਬਖਸ਼ਿਸ਼ ਕਰਕੇ ਦਰ ਘਰ ਦੀਆਂ ਸੇਵਾਵਾਂ ਵਿੱਚ ਜੋੜ ਕੇ ਰੱਖਣਾ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦਾ ਪਾਵਨ ਬਿਰਧ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ ਪਤਤ ਉਦਾਹਰਣ ਸਤਿਗੁਰ ਮੇਰਾ ਮੋਹਿ ਤਿਸਕਾ ਪ੍ਰਭਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਦਤਾਰ ਪਾਤਸ਼ਾਹ ਅਰਦਾਸ ਬੇਨਤੀਆਂ ਦਰ ਪ੍ਰਵਾਨ ਕਰਨੀਆਂ ਰਹਿਮਤ ਬਖਸ਼ਿਸ਼ ਕਰਨੀ ਸਰਬਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਪਵਿੱਤਰ ਅਸੀਸ ਹੁਕਮਾਂ ਨਾਲ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਹੁਕਮਾਂ ਤੇ ਚੱਲਣ ਦੀਆਂ ਦਾਤਾਂ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਦਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਭਤਾ ਭਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾ ਗਿਆ ਭਈਆ ਘਰ ਕੀ ਤਵੇ ਚਲਾਇਓ ਸਭ ਸਿੱਖਣ ਕਾ ਹੁਕਮ ਹੈ ਗੁਰੂ ਆਇਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟਾਵੀ ਦੋ ਪ੍ਰਭ ਕੋ ਮਿਲ ਬੋਚ ਹੈ ਕੋ ਸ਼ਬਦ ਨੂੰ ਪ੍ਰਾਨ ਕਰੇਗਾ ਖਾਲਸਾ ਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਰ ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰ ਮਹਾਰ ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰ ਮਹਾਰ ਬੋਲੇ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੀਵੋ ਪਹਲ ਖੰਡੇ ਧਾਰ ਹੋਏ ਕਮ ਸੁਹੇਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਹੋਵੇ ਸਿਵਤ ਖਸਮ ਦੀ ਨੂਰ ਅਰਸੋ ਪੁਰਸੋ ਚੱਟੀਐ ਖੁਦ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੇ ਕੱਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ
ਦੇਵ ਸੋਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨ ਕਹਿ ਹਉਮੈ ਰੋਗ ਗਏ ਰਹਾਉ ਬ੍ਰਹਮਾ ਵਿਸ਼ਨੁ ਮਹਾਂਦਿਉ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤਿਸੇ ਨ ਚਿਤ ਹੈ ਬਪੜੇ ਹਰ ਗੁਰਮੁਖ ਸੋਝੀ ਪਾਈ ਹਉਮੈ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਬਿਰਲਾ ਛੂਟੈ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੈ ਗੁਰਮੁਖ ਬ੍ਰਹਮ ਵਿਚਾਰੋ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੈ ਗੁਰਮੁਖ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਸੰਗਤ ਜੀਓ ਗੁਰੂ ਪਾਤਸ਼ਾਹ ਦੀ ਰਹਿਮਤ ਬਖਸ਼ ਸਦਕਾ ਵਿਸਾਖੀ ਦਾ ਪਾਵਨ ਖਾਲਸੇ ਦਾ ਸਾਜਨਾ ਦਿਹਾੜਾ ਮਨਾਉਂਦਿਆਂ ਦੀਵਾਨ ਦੀ ਸਮਾਪਤੀ ਹੋਈ ਹੈ ਆਪ ਸਰਵ ਸੰਗਤਾਂ ਨੂੰ ਬੇਅੰਤ ਬੇਅੰਤ ਮੁਬਾਰਕਾਂ ਵਧਾਈਆਂ ਹੋਣ ਖਾਲਸੇ ਸਾਜਨਾ ਦਿਹਾੜੇ ਦੀਆਂ ਅਤੇ ਗੁਰੂ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਕੇ ਆਪ ਸਭਨਾਂ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਾ ਤਾਰ ਦਰ ਤੇ ਪ੍ਰਵਾਨ ਕਰਦਿਆਂ ਸਭਨਾਂ ਗੁਰੂ ਘਰੋਂ ਨਾਮ ਦੀ ਦਾ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਕੇ ਦਰ ਕਰਦੇ ਨੇ ਇਸੇ ਪ੍ਰਕਾਰ ਜੋੜ ਕੇ ਰੱਖਣ ਹੋਰ ਉਦਮ ਉਪਰਾਲਾ ਉਤਸ਼ਾਹ ਦਾ ਤਾਰ ਪਾਤਸ਼ਾਹ ਬਖਸ਼ਿਸ਼ ਕਰਨ ਗੁਰੂ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਨ ਗੁਰੂ ਕੀ ਸੰਗਤ ਆਓ ਹੁਣ ਦੀਵਾਨ ਦੀ ਸਮਾਪਤੀ ਹੈ ਹੁਣ ਪਵਿੱਤਰ ਕੜਾਹ ਪ੍ਰਸ਼ਾਦੀ ਦੇ ਵਰਤੇਗੀ ਉਤਨੀ ਦੇਰ ਆਪਾਂ ਸਰਬ ਸੰਗਤਾਂ ਨੇ ਵਾਹਿਗੁਰੂ ਮੰਤਰ ਦੇ ਨਾਲ ਜੋੜਨਾ ਹੈ ਜਿਤਨੀ ਦੇਰ ਕੜਾਹ ਪ੍ਰਸ਼ਾਦੀ ਦੇ ਵਰਤੇਗੀ ਅਤੇ ਬਾਕੀ ਜੋ ਪ੍ਰੋਗਰਾਮ ਆ ਉਹ ਪ੍ਰਬੰਧਕ ਸਾਹਿਬਾਨ ਆਪ ਜੀ ਦੱਸਣਗੇ ਜੀ ਹੁਣ coming in, so I want to congratulate them and hearty welcome to the new committee which is going to be taking over. It'll be Lucky Singh, so the Lucky Singh he'll be the president, and Sunny would be the secretary, and Rajvirji was going to be the treasurer. And I would request Vedalika to say a prayer for the new committee. And I also want to thank Vahiguruji and also the whole Sasangas for all the support and encouragement for us to carry out the last year from last Vesakhi to this Vesakhi. I want to thank all of us, Mini MP, for helping with the account, Savita for all the directions,
Madhaji Tethel and Joy Sandy for helping with the newsletters. So I want to thank everyone for all the support. My musical Kansa, my teacher. वाहिगुरु जी का खालसा वाहिगुरु जी की फतेह। कोई साल को है जब लोवर ईयर के साध संगत ने एक फैसला बनाया सी कि ट्रांजिशन शुरू करनी है। सो जेडे यंगर ग्रुप सी साध संगत विच उन्हां नू रिक्वेस्ट कीती सी कि गुरुद्वारे दी प्रबंधक कमेटी का काम ओ संभालन श्री अकाल बोले सोना श्री अकाल बोले सोना श्री अकाल हुन मैं भविंदर सिंह जी नु कहवांगा उन्होंने एक सुनिया देना है इन्हां नु The reason ਅਸੀਂ ਤੁਹਾਨੂੰ ਕਿਹਾ ਹੈ ਕਿ ਇੱਥੇ ਬੈਠੋ ਆਈ ਹੈਵ ਏ ਰਿਕੁਐਸਟ ਐਂਡ ਐਡਵਾਈਸ ਫੋਰ ਯੂ ਕਿ ਜਿਸ ਸਾਡੀ ਛੋਟੀ ਜਿਹੀ ਕਮਿਊਨਿਟੀ ਹੈ ਔਰ ਤਿੰਨ ਤਰ੍ਹਾਂ ਦੀ ਕਮੇਟੀ ਹੈਗੀ ਹੈ ਇੱਕ ਕਮੇਟੀ ਜਿਹੜੀ ਜਾ ਰਹੀ ਹੈ ਦੂਸਰੀ ਕਮੇਟੀ ਜਿਹੜੀ ਆ ਰਹੀ ਹੈ ਅਤੇ ਤੀਸਰੀ ਕਮੇਟੀ ਜਿਹੜੀ ਆਉਣੀ ਹੈਗੀ ਹੈ ਸੋ ਜਿਹੜੀ ਜਾ ਰਹੀ ਹੈ ਉਸਦੇ ਵਾਸਤੇ ਸਾਰੀ ਸੰਗਤ ਦੀ ਹੰਬਲ ਰਿਕੁਐਸਟ ਹੈਗੀ ਹੈ ਕਿ ਤੁਸੀਂ ਇਹ ਨਾ ਸੋਚੋ ਕਿ ਹੁਣ ਮੇਰਾ ਭਾਰ ਲੈ ਗਿਆ ਹੁਣ ਅੱਗੇ ਸੰਭਾਲਣ ਤੁਸੀਂ ਇਸ ਕਮੇਟੀ ਦੇ ਪ੍ਰਬੰਧਕ ਕਮੇਟੀ ਦੇ ਅਰੇਨੇ ਦੇ ਵਿੱਚ ਆਏ ਹੋ ਹੁਣ ਬਾਕੀਆਂ ਨੂੰ ਅੱਗੇ ਜਿਹੜੀ ਆਉਣੀ ਆ ਉਹਨਾਂ ਨੂੰ ਹਿੰਮਤ ਦਿਓ ਉਹਨਾਂ ਨਾਲ ਪਾਰਟੀਸੀਪੇਟ ਕਰੋ ਅਗਰ ਜੇ ਪਹਿਲੇ ਤੁਸੀਂ 10:30 ਆਉਂਦੇ ਹੋ ਹੁਣ ਤੁਸੀਂ 10 ਆਓ ਕਿਉਂਕਿ ਹੁਣ ਤੁਹਾਡੀ ਹੋਰ ਜਮਾਵਟ ਦਿਸ ਇਜ਼ ਹਾਊ ਵੀ ਵਿਲ ਸਕਸੀਡ The other thing I really, really like Amit Goman once when he said ke in my office everybody knows everybody's work. So eh nahi ke koi langar da kaam tuhada hai te mera eh nahi hai. Saryan da kaam langar da, saryan da kaam maintenance da, saryan da kaam together hai. That's my humble request. Thank you very much. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਕਮੇਟੀ ਨੇ ਆਪਣੀ ਰਿਸਪੋਂਸਿਬਿਲਿਟੀ ਲਈ ਹੈ ਵੀ ਆਲ ਆਰ ਓਨਰਡ ਵਿਦ ਸੱਚ ਅ ਹਿਊਜ ਰਿਸਪੋਂਸਿਬਿਲਿਟੀ ਅਤੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਨੂੰ ਸਾਰਿਆਂ ਦਾ ਆਪ ਸਭ ਦਾ ਸਾਥ ਇਸੇ ਤਰ੍ਹਾਂ ਮਿਲੇ ਅਤੇ ਸਾਡੀ ਅਸੀਂ ਇਹ ਰਿਸਪੋਂਸਿਬਿਲਿਟੀ ਚੰਗੀ ਤਰ੍ਹਾਂ ਨਿਭਾ ਸਕੀਏ ਥੈਂਕਸ ਟੂ ਆਲ ਐਲਡਰਸ ਆਂਟੀ ਜੀ ਅੰਕਲ ਜੀ for unconditional support and trust. As it was 1 year in Seva, we might have done some mistakes. Definitely ਸਿੱਖ ਕੈਂਪ ਲਗਾਇਆ ਸੀ ਜੁਲਾਈ ਦੇ ਵਿੱਚ ਇਹ ਬੱਚੇ ਉਦੋਂ ਦੀ ਗ੍ਰੈਜੂਏਟ ਕਹਿ ਲਓ ਜਾਂ ਇੰਟਰੋਡਕਸ਼ਨ ਹੈ ਉਹਨਾਂ ਦੀ ਅਤੇ ਕਾਫੀ ਬੱਚੇ ਆਊਟ ਆਫ ਸਟੇਟ ਆਏ ਸਨ ਉਹਨਾਂ ਦੀ ਆਲਰੇਡੀ ਰਿਕੁਐਸਟ ਆ ਗਈਆਂ ਨੇ ਕਿ ਕਦੋਂ ਤੁਸੀਂ ਕਰ ਰਹੇ ਹੋ ਸੋ ਜਿਹੜੇ ਵੀ ਲੋਕ ਇੱਥੇ ਹੈਗੇ ਨੇ ਅਸੀਂ ਅਨਾਊਂਸ ਕਰ ਰਹੇ ਹਾਂ ਫਿਰ ਈਮੇਲਸ ਵੀ ਜਾਣਗੀਆਂ ਜੁਲਾਈ 11th ਦਾ ਵੀਕੈਂਡ ਹੈ ਮੰਡੇ ਨੂੰ ਵੀ ਵਿਲ ਟਰਾਈ ਟੂ ਐਕਸਟੈਂਡ ਇਟ ਮੀਟਿੰਗ ਕਰਾਂਗੇ ਕਿ ਉਹ 9 to 12 ਦੀ ਥਾਂ 'ਤੇ 8:30 ਤੋਂ 2 ਤੱਕ ਜਾਂ ਸਮਥਿੰਗ ਆਫ ਦੈਟ ਨੇਚਰ ਬਿਕੋਜ਼ ਦਾ ਕਿਡਸ ਸਮਟਾਈਮਸ ਰੀਅਲੀ ਡੋਂਟ ਵਾਂਟ ਟੂ ਲੀਵ ਜੂਨ ਦਾ ਲਾਸਟ ਵੀਕ ਵਿਚ ਇਜ਼ 29th, 30th ਮੇਰੇ ਖਿਆਲ ਫਰਾਈਡੇ ਐਂਡ ਜੁਲਾਈ 1st ਅਸੀਂ ਥੋੜ੍ਹਾ ਮਾਈ ਹੋਪ ਕਿ ਸ਼ੁਰੂ ਇੱਥੋਂ ਕਰਾਂਗੇ ਅਤੇ ਉਹ ਇੱਥੇ ਚਲੇ ਜਾਣਗੇ ਬਿਕੋਜ਼ ਹੋਪਫੁਲੀ ਦੇ ਵਿਲ ਲਰਨ ਹਾਊ ਟੂ ਲੀਵ ਅੱਜ ਨਵੀਂ ਟੂ ਔਰ 3 ਸਮਥਿੰਗ ਆਫ ਦੈਟ ਨੇਚਰ ਸੋ ਬੱਚਿਆਂ ਨੂੰ ਅਸੀਂ ਦਿਆਂਗੇ ਸਰ ਬੋਲੇ ਸੋਨੇਹਾਲ ਬੋਲੇ
ਸੋਨਿਹਾਲ ਸਤਿ ਸ੍ਰੀ ਅਕਾਲ ਅਰਮਾਨ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ बोले सोनिहाल बोले सोनिहाल वाह बोले सोनिहाल After the langar today, we'll get together and we'll plan of action. We'll have a plan of action. It's who's going to do what. Gracias.